ਕਿ 15 ਸਾਲ ਹੋ ਗਏ ਬੀਜੇਪੀ ਡਰਾਮਾ ਕਰਦੀ ਅੰਮ੍ਰਿਤਸਰ ਦੇ ਵਿੱਚ, ਪਹਿਲਾਂ ਜੇਤਲੀ ਸਾਹਿਬ ਨੂੰ ਲਏ, ਫਿਰ ਪਿਛਲੀ ਵਾਰ ਪੁਰੀ ਸਾਹਿਬ ਨੂੰ ਲਏ, ਐਲਕਾ ਕਨਿਊਜਲ ਤੋਂ ਉਮੀਦਵਾਰ ਲੈ ਕੇ ਆ ਰਹੇ। ਕਹਿੰਦੇ ਕੀ ਹੈ ਜਾਖੜ ਸਾਹਿਬ, ਰੋਜ਼ ਹੀ ਜਾਖੜ ਸਾਹਿਬ ਬੋਲਦੇ ਕਿ ਬੀਜੇਪੀ ਜਿੱਤ ਰਹੀ ਹੈ ਜੀ ਪੰਜਾਬ ਦੇ ਵਿੱਚੋਂ। ਨਾ ਗੁਰਦਾਸਪੁਰ ਚ ਕੋਈ ਉਮੀਦਵਾਰ ਹੈ, ਨਾ ਅੰਮ੍ਰਿਤਸਰ ਦੇ ਵਿੱਚ ਕੋਈ ਉਮੀਦਵਾਰ ਹੈ। ਤੁਸੀਂ ਨਿਊਜ਼ ਛੱਡ ਕੇ ਜਿੱਥੋਂ ਮਰਜ਼ੀ ਲਾਓ ਸਰ, ਨਾ ਪੰਜਾਬ ਦੇ ਲੋਕਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਨਾ ਜੇਤਲੀ ਨੂੰ ਵੋਟਾਂ ਪਾਈਆਂ ਸੀ, ਨਾ ਪੁਰੀ ਨੂੰ ਪਾਈਆਂ ਸੀ, ਨਾ ਸੰਧੂ ਨੂੰ ਪਾਈਆਂ ਸੀ। ਹਮੇਸ਼ਾ ਅੰਮ੍ਰਿਤਸਰ ਦੇ ਨੇ ਆਪਣੇ ਪੁੱਤਰ ਨੂੰ ਮਾਣ ਦਿੱਤਾ ਜਿਹੜਾ ਵਿਛੜ ਕੇ ਭੇਜਿਆ। ਸੋ ਮੈਂ ਤੁਹਾਨੂੰ ਬੇਨਤੀ ਕਰਨਾ ਆ, ਇਹ ਮੌਕਾ ਮਿਲਿਆ ਆਪਾਂ ਨੂੰ, ਆਪਾਂ ਇਹ ਮੌਕੇ ਨੂੰ ਸਾਹਮਣਾ ਪੰਜਾਬ ਦੇ 13 ਦੇ 13 ਲੋਕ ਸਭਾ ਦੇ ਮੈਂਬਰ ਜਿਤਾ ਕੇ ਭੇਜਣੇ ਕਿ 15 ਸਾਲ ਹੋ ਗਏ ਬੀਜੇਪੀ ਡਰਾਮਾ ਕਰਦੀ ਅੰਮ੍ਰਿਤਸਰ ਦੇ ਵਿੱਚ, ਪਹਿਲਾਂ ਜੇਤਲੀ ਸਾਹਿਬ ਨੂੰ ਲਏ, ਫਿਰ ਪਿਛਲੀ ਵਾਰ ਪੁਰੀ ਸਾਹਿਬ ਨੂੰ ਲਏ, ਐਲਕਾ ਕਨਿਊਜਲ ਤੋਂ ਉਮੀਦਵਾਰ ਲੈ ਕੇ ਆ ਰਹੇ। ਕਹਿੰਦੇ ਕੀ ਹੈ ਜਾਖੜ ਸਾਹਿਬ, ਰੋਜ਼ ਹੀ ਜਾਖੜ ਸਾਹਿਬ ਬੋਲਦੇ ਕਿ ਬੀਜੇਪੀ ਜਿੱਤ ਰਹੀ ਹੈ ਜੀ ਪੰਜਾਬ ਦੇ ਵਿੱਚੋਂ। ਨਾ ਗੁਰਦਾਸਪੁਰ ਚ ਕੋਈ ਉਮੀਦਵਾਰ ਹੈ, ਨਾ ਅੰਮ੍ਰਿਤਸਰ ਦੇ ਵਿੱਚ ਕੋਈ ਉਮੀਦਵਾਰ ਹੈ। ਤੁਸੀਂ ਨਿਊਜ਼ ਛੱਡ ਕੇ ਜਿੱਥੋਂ ਮਰਜ਼ੀ ਲਾਓ ਸਰ, ਨਾ ਪੰਜਾਬ ਦੇ ਲੋਕਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਨਾ ਜੇਤਲੀ ਨੂੰ ਵੋਟਾਂ ਪਾਈਆਂ ਸੀ, ਨਾ ਪੁਰੀ ਨੂੰ ਪਾਈਆਂ ਸੀ, ਨਾ ਸੰਧੂ ਨੂੰ ਪਾਈਆਂ ਸੀ। ਹਮੇਸ਼ਾ ਅੰਮ੍ਰਿਤਸਰ ਦੇ ਨੇ ਆਪਣੇ ਪੁੱਤਰ ਨੂੰ ਮਾਣ ਦਿੱਤਾ ਜਿਹੜਾ ਵਿਛੜ ਕੇ ਭੇਜਿਆ। ਸੋ ਮੈਂ ਤੁਹਾਨੂੰ ਬੇਨਤੀ ਕਰਨਾ ਆ, ਇਹ ਮੌਕਾ ਮਿਲਿਆ ਆਪਾਂ ਨੂੰ, ਆਪਾਂ ਇਹ ਮੌਕੇ ਨੂੰ ਸਾਹਮਣਾ ਪੰਜਾਬ ਦੇ 13 ਦੇ 13 ਲੋਕ ਸਭਾ ਦੇ ਮੈਂਬਰ ਜਿਤਾ ਕੇ ਭੇਜਣੇ ਕਿ 15 ਸਾਲ ਹੋ ਗਏ ਬੀਜੇਪੀ ਡਰਾਮਾ ਕਰਦੀ ਅੰਮ੍ਰਿਤਸਰ ਦੇ ਵਿੱਚ, ਪਹਿਲਾਂ ਜੇਤਲੀ ਸਾਹਿਬ ਨੂੰ ਲਏ, ਫਿਰ ਪਿਛਲੀ ਵਾਰ ਪੁਰੀ ਸਾਹਿਬ ਨੂੰ ਲਏ, ਐਲਕਾ ਕਨਿਊਜਲ ਤੋਂ ਉਮੀਦਵਾਰ ਲੈ ਕੇ ਆ ਰਹੇ। ਕਹਿੰਦੇ ਕੀ ਹੈ ਜਾਖੜ ਸਾਹਿਬ, ਰੋਜ਼ ਹੀ ਜਾਖੜ ਸਾਹਿਬ ਬੋਲਦੇ ਕਿ ਬੀਜੇਪੀ ਜਿੱਤ ਰਹੀ ਹੈ ਜੀ ਪੰਜਾਬ ਦੇ ਵਿੱਚੋਂ। ਨਾ ਗੁਰਦਾਸਪੁਰ ਚ ਕੋਈ ਉਮੀਦਵਾਰ ਹੈ, ਨਾ ਅੰਮ੍ਰਿਤਸਰ ਦੇ ਵਿੱਚ ਕੋਈ ਉਮੀਦਵਾਰ ਹੈ। ਤੁਸੀਂ ਨਿਊਜ਼ ਛੱਡ ਕੇ ਜਿੱਥੋਂ ਮਰਜ਼ੀ ਲਾਓ ਸਰ, ਨਾ ਪੰਜਾਬ ਦੇ ਲੋਕਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਨਾ ਜੇਤਲੀ ਨੂੰ ਵੋਟਾਂ ਪਾਈਆਂ ਸੀ, ਨਾ ਪੁਰੀ ਨੂੰ ਪਾਈਆਂ ਸੀ, ਨਾ ਸੰਧੂ ਨੂੰ ਪਾਈਆਂ ਸੀ। ਹਮੇਸ਼ਾ ਅੰਮ੍ਰਿਤਸਰ ਦੇ ਨੇ ਆਪਣੇ ਪੁੱਤਰ ਨੂੰ ਮਾਣ ਦਿੱਤਾ ਜਿਹੜਾ ਵਿਛੜ ਕੇ ਭੇਜਿਆ। ਸੋ ਮੈਂ ਤੁਹਾਨੂੰ ਬੇਨਤੀ ਕਰਨਾ ਆ, ਇਹ ਮੌਕਾ ਮਿਲਿਆ ਆਪਾਂ ਨੂੰ, ਆਪਾਂ ਇਹ ਮੌਕੇ ਨੂੰ ਸਾਹਮਣਾ ਪੰਜਾਬ ਦੇ 13 ਦੇ 13 ਲੋਕ ਸਭਾ ਦੇ ਮੈਂਬਰ ਜਿਤਾ ਕੇ ਭੇਜਣੇ ਕਿ 15 ਸਾਲ ਹੋ ਗਏ ਬੀਜੇਪੀ ਡਰਾਮਾ ਕਰਦੀ ਅੰਮ੍ਰਿਤਸਰ ਦੇ ਵਿੱਚ, ਪਹਿਲਾਂ ਜੇਤਲੀ ਸਾਹਿਬ ਨੂੰ ਲਏ, ਫਿਰ ਪਿਛਲੀ ਵਾਰ ਪੁਰੀ ਸਾਹਿਬ ਨੂੰ ਲਏ, ਐਲਕਾ ਕਨਿਊਜਲ ਤੋਂ ਉਮੀਦਵਾਰ ਲੈ ਕੇ ਆ ਰਹੇ। ਕਹਿੰਦੇ ਕੀ ਹੈ ਜਾਖੜ ਸਾਹਿਬ, ਰੋਜ਼ ਹੀ ਜਾਖੜ ਸਾਹਿਬ ਬੋਲਦੇ ਕਿ ਬੀਜੇਪੀ ਜਿੱਤ ਰਹੀ ਹੈ ਜੀ ਪੰਜਾਬ ਦੇ ਵਿੱਚੋਂ। ਨਾ ਗੁਰਦਾਸਪੁਰ ਚ ਕੋਈ ਉਮੀਦਵਾਰ ਹੈ, ਨਾ ਅੰਮ੍ਰਿਤਸਰ ਦੇ ਵਿੱਚ ਕੋਈ ਉਮੀਦਵਾਰ ਹੈ। ਤੁਸੀਂ ਨਿਊਜ਼ ਛੱਡ ਕੇ ਜਿੱਥੋਂ ਮਰਜ਼ੀ ਲਾਓ ਸਰ, ਨਾ ਪੰਜਾਬ ਦੇ ਲੋਕਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਨਾ ਜੇਤਲੀ ਨੂੰ ਵੋਟਾਂ ਪਾਈਆਂ ਸੀ, ਨਾ ਪੁਰੀ ਨੂੰ ਪਾਈਆਂ ਸੀ, ਨਾ ਸੰਧੂ ਨੂੰ ਪਾਈਆਂ ਸੀ। ਹਮੇਸ਼ਾ ਅੰਮ੍ਰਿਤਸਰ ਦੇ ਨੇ ਆਪਣੇ ਪੁੱਤਰ ਨੂੰ ਮਾਣ ਦਿੱਤਾ ਜਿਹੜਾ ਵਿਛੜ ਕੇ ਭੇਜਿਆ। ਸੋ ਮੈਂ ਤੁਹਾਨੂੰ ਬੇਨਤੀ ਕਰਨਾ ਆ, ਇਹ ਮੌਕਾ ਮਿਲਿਆ ਆਪਾਂ ਨੂੰ, ਆਪਾਂ ਇਹ ਮੌਕੇ ਨੂੰ ਸਾਹਮਣਾ ਪੰਜਾਬ ਦੇ 13 ਦੇ 13 ਲੋਕ ਸਭਾ ਦੇ ਮੈਂਬਰ ਜਿਤਾ ਕੇ ਭੇਜਣੇ।